ਤੇ ਭੈਣੋ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਹਰ ਹਫਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜਿਹੜੇ ਮਸਲੇ ਨੇ ਪੰਜਾਬ ਦੇ ਗੰਭੀਰ ਮਸਲੇ ਨੇ ਉਹਨਾਂ ਦੇ ਉੱਪਰ ਔਰ ਤੁਹਾਡੇ ਜਿਹੜੀ ਤੁਹਾਡੀ ਆਪਣੀ ਕੋਈ ਸੋਚ ਹੈ ਕੋਈ ਗੱਲਾਂ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਸਵਾਲ ਕਰ ਸਕਦੇ ਹੋ ਮੇਰੇ ਨਾਲ ਮੈਂ ਔਰ ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਹੁਣ ਪਹਿਲੀ ਗੱਲ ਤਾਂ ਜਿਹੜਾ ਸਾਰਾ ਹੀ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕੋਵਿਡ ਜੋ ਇੱਕ ਬਿਮਾਰੀ ਹੈ ਇਹਦੀ ਭੈੜੀ ਆਈ ਹੈ ਸਾਰੀ ਦੁਨੀਆ ਦੇ ਵਿੱਚ ਔਰ ਜੋ ਸਾਨੂੰ ਖਰਾਬ ਕਰ ਰਹੀ ਹੈ ਉਸ ਨੂੰ ਉਹਦਾ ਕੀ ਸੰਭਾਲ ਹੋਈ ਹੈ ਤੁਹਾਨੂੰ ਖੁਸ਼ੀ ਹੋਏਗੀ ਕਿ ਪੰਜਾਬ ਇੱਕ ਦਰਜਾ ਇੱਕ ਪਹਿਲੇ ਦਾ ਨੰਬਰ ਦਾ ਇਹਨੂੰ ਮੰਨਿਆ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਕੋਵਿਡ ਨੂੰ ਸੰਭਾਲਿਆ ਹੈ ਔਰ ਉਹ ਜਿਹੜੀ ਅੱਜ ਹਿੰਦੁਸਤਾਨ ਦੀਆਂ ਜਿਹੜੀਆਂ ਆਪਣੀਆਂ ਇਹਦੇ ਉੱਪਰ ਮਹਾਰਨੇ ਉਹ ਵਿਦਵਾਨ ਸਨ ਕਿ ਪੰਜਾਬ ਨੇ ਬਹੁਤ ਵਧੀਆ ਕੰਮ ਕੀਤਾ ਇਸ ਤੇ ਉੱਪਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਕਿ 2000 ਆਰ 28 ਆਪਣੇ ਕਨਫਰਮਡ ਕੇਸ ਹੋਏ ਨੇ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 1819 ਵਾਪਸ ਘਰਾਂ ਚਲੇ ਗਏ ਤਾਂ ਸਿਰਫ 200 ਦੇ ਕਰੀਬ ਇਸ ਵੇਲੇ ਸੀਰੀਅਸ ਕੰਡੀਸ਼ਨ ਦੇ ਵਿੱਚ ਨਵੇਂ ਹਸਪਤਾਲ ਦੇ ਵਿੱਚ ਔਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਵੀ ਠੀਕ ਹੋ ਜਾਣਗੇ ਔਰ ਵਾਪਸ ਜਾਣਗੇ ਸਿਰਫ ਇੱਕ ਜ਼ੀਰੋ ਜ਼ੀਰੋ ਨੇ ਸਾਡੇ ਜਿਹੜੇ ਆਕਸੀਜਨ ਲੈ ਰਹੇ ਨੇ ਇਸ ਵੇਲੇ ਇੱਕੋ ਬੰਦਾ ਹੈ ਜੋ ਇਸ ਵੈਂਟੀਲੇਟਰ ਦੇ ਉੱਪਰ ਉਹਨਾਂ ਦੀ ਸਪੋਰਟ ਹੈ ਬਾਕੀ ਸਿਰਫ ਆਪਣੀ ਰਿਕਵਰੀ ਤੇ ਵਿੱਚ ਲੱਗੇ ਹੋਏ ਨੇ ਤੇ ਮਹਾਰਾਜ ਦੀ ਆਪਣੀ ਬੜੀ ਕਿਰਪਾ ਹੋਈ ਹੈ ਸਾਡੇ ਤੇ ਔਰ ਪੰਜਾਬ ਇਸ ਚ ਕਾਫੀ ਅੱਗੇ ਆਪਣੇ ਬੰਦਿਆ ਦਾ ਦੀ ਸੰਭਾਲ ਕਰ ਸਕਿਆ ਅ ਤੁਹਾਨੂੰ ਪਤਾ ਹੈ ਮੈਂ ਇਹ ਦੂਜੇ ਸੂਬਿਆਂ ਦੇ ਬਾਰੇ ਕੁਝ ਐ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਇਹ ਜਾਣਨਾ ਜ਼ਰੂਰੀ ਹੈ ਤੁਹਾਨੂੰ ਕਿ ਜਦੋਂ ਕੋਈ ਬਿਮਾਰੀ ਆਉਂਦੀ ਹੈ ਇਹ ਇੱਕ ਇਹ ਬਹੁਤ ਵੱਧੀ ਹੈ ਔਰ ਇਹਦੀ ਡਬਲਿੰਗ ਜੀ ਨੂੰ ਕਹਿੰਦੇ ਨੇ ਇੱਕ ਡਬਲ ਅੱਜ ਤੋਂ ਅੱਜ ਕੋਈ 10 ਕੇਸ ਨੇ ਕਿਸੇ ਸੂਬੇ ਚ ਔਰ ਜਿੱਥੇ ਵੀ ਹੋ ਜਾਣਗੇ ਉਹ ਡਬਲਿੰਗ ਕਹਿੰਦੇ ਨੇ ਉਸ ਕਿਸਮ ਦੀ ਡਬਲਿੰਗ ਹਿੰਦੁਸਤਾਨ ਦੀ ਅਜ ਔਸਥ ਹੈ ਤਕਰੀਬਨ 15 ਦਿਨ ਦੇ ਵਿੱਚ 14 ਦਿਨ ਕਿ 14 ਦਿਨ ਬਾਅਦ ਡਬਲ ਹੋ ਜਾਂਦੇ ਹੈ ਹਿੰਦੁਸਤਾਨ ਦੇ ਜਿਹੜੇ ਇਹ ਆਪਣੇ ਮਰੀਜ਼ ਨੇ ਔਰ ਦਿੱਲੀ ਦੇ ਵਿੱਚ 15 ਦਿਨ ਹੈ ਪੰਜਾਬ ਦੇ ਵਿੱਚ 86 ਦਿਨ ਤੋਂ ਬਾਅਦ ਸਾਡੀ ਡਬਲਿੰਗ ਹੋ ਰਹੀ ਹੈ ਉਹਦਾ ਮਤਲਬ ਕੰਟਰੋਲ ਬੜਾ ਅੱਛਾ ਹੈ ਸਾਡਾ ਉੱਪਰ 86 ਦਿਨ ਡਬਲਿੰਗ ਰੇਟ ਪੰਜਾਬ ਦਾ 86 ਦਿਨ ਤਾਂ ਬਹੁਤ ਵੱਡੀ ਜਰਬੜੀ ਚੀਜ਼ ਹੈ ਇਹ ਹੈ ਜ਼ਰੂਰ ਕਿ ਲੋਕ ਹੁਣ ਬਾਹਰੋਂ ਆਉਣ ਲੱਗੇ ਨੇ ਅੱਜ ਵੀ 5 ਜਹਾਜ਼ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਏ ਨੇ ਉੱਥੋਂ ਉਹ ਲੋਕ ਕੋਈ ਨੁਕ ਬਿਮਾਰੀ ਆ ਸਕਦੀ ਹੈ ਥੋੜੇ ਸਵਾਲ ਵੀ ਖੁਇਆ ਹੈ ਬਿਮਾਰੀ ਦੇ ਬਾਰੇ ਕਿ ਬਾਹਰੋਂ ਬਾਹਰਲੇ ਦੇਸ਼ਾਂ ਚੋਂ ਦੀ ਹੈ ਲੇਕਿਨ ਦੋ 20 ਹਜ਼ਾਰ ਪੰਜਾਬੀਆਂ ਨੇ ਆਉਣੇ ਹਾਲੇ ਹਣ ਹੁਣ ਤੱਕ ਸ਼ਾਇਦ ਉਸ ਤੋਂ ਬਾਅਦ ਕੁਝ ਹੋਰ ਦੀ ਵੀ ਲਿਸਟ ਹੋਵੇ ਇਹਨਾਂ ਵੀ ਜ਼ਰੋ ਤੋਂ 60000 ਸਾਡੇ ਜਿਹੜੇ ਪੰਜਾਬੀ ਵਸੇ ਹੋਏ ਨੇ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਵਾਪਸ ਆ ਰਹੇ ਨੇ ਉਹਨਾਂ ਦੇ ਵਿੱਚ ਤੋਂ ਵੀ ਆਸਿਕ ਦੀ ਹੈ ਜੈਸੇ ਮਹਾਰਾਸ਼ਟਰ ਤੋਂ ਸਾਡੇ ਨੰਦੇੜ ਤੋਂ ਆਏ 4000 ਕੁਛ ਔਰ ਉਹਨਾਂ ਦੇ ਵਿੱਚੋਂ 905 ਉਹਨਾਂ ਦੀ ਕੈਸ਼ੁਐਲਟੀ ਉਹਨਾਂ ਦੀ ਪੋਜ਼ਿਟਿਵ ਨਿਕਲੇ ਇਹਦੇ ਵਿੱਚ ਐਸੇ ਹੀ ਵਿਦੇਸ਼ਾਂ ਦੇ ਵਿੱਚੋਂ ਹੁਣ ਡਿਵਾਈਸ ਤੋਂ ਪਿਛਲੇ ਦਿਨ ਕੁਝ ਲੋਕ ਆਏ ਸੀ ਔਰ ਸਰਟੀਫਿਕੇਟ ਲੈ ਆਨੇ ਦੁਬਈ ਦੀ ਸਰਕਾਰ ਦੀ ਕਿ ਉਹਨਾਂ ਦੀ ਟੈਸਟਿੰਗ ਸਭ ਕੁਝ ਹੋ ਗਈ ਇੱਥੇ ਆ ਕੇ ਉਹਨਾਂ ਦੇ ਕਈ ਪੋਜ਼ਿਟਿਵ ਨਿਕਲੇ ਤੋ ਇਹ ਗੱਲਾ ਜਿਹੜੀਆਂ ਹੋ ਰਹੀਆਂ ਨੇ ਇਹ ਅਸੀਂ ਪੂਰੀ ਕੰਟਰੋਲ ਰੱਖ ਰਹੇ ਹਾਂ ਜੋ ਜਹਾਜ਼ ਆ ਰਹੇ ਆ ਉਹ ਕੰਟਰੋਲ ਹੋਗਾ ਜੋ ਬਿਲਕੁਲ ਠੀਕ ਨੇ ਉਹਨਾਂ ਨੂੰ 14 ਦਿਨ ਕਵਾਰੰਟਾਈਨ ਕਰਨੀ ਪਊ ਜੋ ਠੀਕ ਨਹੀਂ ਉਹਨਾਂ ਨੂੰ ਸਾਡੇ ਇੰਸਟੀਚੂਨਲ ਜਾ ਕੇ ਉੱਥੇ ਕਵਾਰੰਟਾਈਨ ਦੇ ਵਿੱਚ ਰਹਿਣਾ ਪਊ ਤਾਂ ਕਿ ਉੱਥੇ ਅਸੀਂ ਠੀਕ ਕਰੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਇਹ ਬਿਮਾਰੀ ਹੋਰ ਫੈਲੇ ਸਾਡੇ ਪੰਜਾਬ ਦੇ ਵਿੱਚ